जबरदस्त चॉइस, बहुत जबरदस्त तेरी। थैंक यू। ये मेनू सारी कहते कहते उस ना तेरी चॉइस बहुत अच्छी है, दुपट्टे नाल ना आ मगजी लगाई है देखो सही चार सवेरे। ये मैं उदा ही रखा वा, मैं बलीमे तो गई नहीं इधर क्योंकि तबीयत खराब हो गई, इस बार गई नहीं है। ठीक है दी शादी तो बना लूंगा। ए खास कर जी मनाली मसाई की शादी तो बावा की।
ਅੱਛਾ ਜੀ, ਸਾਡੀ ਸਾਡੀ ਹੋਰ ਹੋਰ ਗਈ ਆਉਣੀ ਤੇ ਨਾਲ ਸਾਡੇ ਪਸਾ ਆਉਂਦੀ ਆ ਬਾਈ ਮਹਿਬੂਬ ਦੀ ਸਿਸਟਰ ਦੀ ਹੈ ਸ਼ਾਦੀ, ਉਹਦੀ ਸ਼ਾਦੀ ਤੇ ਪਾਵਾਂਗੇ। ਅੱਲਾ ਅੱਲਾ, ਬਸ ਤੀਆਂ ਦੀ ਕਿਸਮਤ ਚੰਗੀ ਕਰੇ, ਇੱਕੋ ਹੀ ਰਹਿ ਗਈ ਆ ਤੇ ਉਹਦੀ ਸ਼ਾਦੀ ਤੇ ਪਾਵਾਂਗੇ। ਤੇ ਨਾਲੇ ਮੇਰੀ ਭੈਣ ਮੈਨੂੰ ਕਹਿੰਦੀ ਸੀਗੀ, ਇੱਕ ਮੇਰੀ ਭੈਣ ਆ, ਮੈਨੂੰ ਨਾਮ ਤੇ ਨੀ ਲੈਣਾ ਚਾਹੁੰਦੀ ਹੈਗੀ ਕਿਉਂਕਿ ਆਹ ਵਾਲੇ ਪੀਸ ਆ ਇਹ ਵਾਲੇ ਮੇਰੇ ਨਾ ਸ਼ਜ਼ੇਬ ਬੇਟੇ ਦਾ ਸੂਟ ਬਣ ਜਾਣੇ, ਦੋ ਦੋ ਪੀਸ ਆ, ਦੋਨੋਂ ਮੇਰੇ ਬੇਟੇ ਦੇ ਸੂਟ ਬਣ ਜਾਣੇ ਸ਼ੇਬੀ ਦੇ ਛੋਟੇ ਦੇ, ਇਹ ਮੈਂ ਨਾ ਕੁਸ਼ਨ ਦੇ ਕੇ ਆਵਾਂਗੀ ਅੱਜ। ਮੇਰੇ ਪੋਤੇ ਦੇ ਕੱਪੜੇ ਸੀ ਕਿਉਂਕਿ ਮੋਟੇ ਆ ਗਰਮ ਆ, ਅਗਰ ਹਾਂ ਸਰਦੀ ਦਈ ਆਣ ਤੇ ਇਸ ਵਾਸਤੇ ਚਲੋ ਅਗਰ ਸਰਦੀ ਚ ਪਾ ਲਊਗਾ ਮੇਰਾ ਪੋਤਾ। ਮੇਰੇ ਸ਼ਰੀਰ ਦੇ ਖੁੱਲੇ ਡੁੱਲੇ ਬਣ ਜਾਣੇ ਦੋ ਸੂਟ, ਕਿਉਂਕਿ ਜੀ ਬਾਈ ਮਹਿਬੂਬ ਆ ਜਿਹੜਾ ਨਾਲ ਦਾ ਮਸਾਇਆ ਸਾਡਾ, ਸਾਡੀ ਭੈਣਾਂ ਭਰਾਵਾਂ ਤਾਂ ਬਣੀ ਆ ਤੇ ਉਹਨਾਂ ਦੀ ਛੋਟੀ ਛੋਟੀ ਸਿਸਟਰ ਦੀ ਸ਼ਾਦੀ ਆ ਗਾ ਤੇ ਉਹਦੀ ਸ਼ਾਦੀ ਤੇ ਪਾਵਾਂਗੇ। ਉਹਨੇ ਫੜਿਆ ਕੈਮਰਾ ਸ਼ਿੰਦ ਸ਼ਾਦੀ ਆ, ਉਹੀ ਕੈਮਰਾ ਫੜ ਕੇ ਬੈਠੀ ਆ। ਮੈਂ ਕਿਹਾ ਕੈਮਰਾ ਫੜ, ਮੇਰਾ ਨਾ ਵੀਡੀਓ ਬਣਾ ਕੇ ਦੀ ਬੱਚੀ ਵੇਲੀ ਆ ਮੈਂ ਮੈਗੀ ਕਿ ਮੈਂ ਕਿਹਾ ਫਿਆ ਜਾ। ਅੱਛਾ ਜੀ, ਮੇਰੀ ਭੈਣ ਨੇ ਮੈਨੂੰ ਨਾ ਸਿੱਟੀ ਸੀ ਮੇਰਾ, ਮਤਲਬ ਜਿਹੜੀ ਮੈਂ ਵੀਡੀਓ ਬਣਾਈ ਸੀ ਆਪਣੇ ਆਪਣੇ ਕੱਪੜਿਆਂ ਦੀ, ਸੂਟ ਮੇਰੇ ਉਦੇ ਉਦਾਂ ਉਦੇ ਪਏ, ਹੁਣ ਤੇ ਨੀ ਪਾ ਹੋਣੇ ਹੈਗੇ ਕਿਉਂਕਿ ਸਰਦੀ ਆ, ਹੁਣ ਤੇ ਸਰਦੀ ਆ ਗਈ ਆ, ਜ਼ਿੰਦਗੀ ਦੇ ਅਗਲੀ ਗਰਮੀ ਚ ਪਾਵਾਂਗੀ, ਇਹ ਉਦਾਂ ਹੀ ਪਏ ਹੁਣ। ਮੈਂ ਪੀਕੋ ਜ਼ਰੂਰੀ ਆਵਾਂਗੀ ਕਰਵਾ ਕੇ ਕਿਉਂਕਿ ਕੁਛ ਦੁਪੱਟੇ ਹੈਗੇ ਜਿਹੜੇ ਮੈਂ ਪੀਕੋ ਲਿਆਉਣੇ ਕਰਵਾ ਕੇ ਤੇ ਉਹਨਾਂ ਦੇ ਨਾਲ ਹੀ ਲਿਆ ਕਰਵਾ ਦੇਣੀ। ਤੇ ਆਹ ਵਾਲਾ ਕੁਛ ਸਮਾਨ ਆ ਮੇਰਾ ਸ਼ਾਪਰਾਂ ਚ, ਇਹ ਮੈਂ ਲੱਗੀਆਂ ਸੇਫ ਚ ਰੱਖਣ ਕਿਉਂਕਿ ਬਾਹਰ ਨੀ ਰੱਖ ਸਕਦੀ ਹੈ ਕਿਉਂਕਿ ਬੱਚੇ ਹੈਗੇ ਆ, ਕਿਉਂਕਿ ਬੱਚਿਆਂ ਦਾ ਘਰ ਹੋ ਇਸੇ ਨਾ ਤੇ ਛਾਵਾਂ ਕਲੋਜ਼ ਕਰਕੇ ਰੱਖਣੀਆਂ ਪੈ ਜਾਂਦੀਆਂ। ਫਰੋਲਾ ਵਾਲੀ ਬਹੁਤ ਕਰਦੇ ਆ, ਜਦੋਂ ਤੱਕ ਬੱਚੇ ਫਰੋਲ ਕੇ ਦੇਖਣ ਨਾ ਕਿਹੜੀ ਸ਼ੈ ਆ ਛਾਪਰਾਂ ਚ, ਉਦੋਂ ਤੱਕ ਬੱਚਿਆਂ ਨੂੰ ਸਕੂਨ ਨੀ ਆਉਂਦਾ ਹੈਗਾ, ਤੇ ਇਸ ਵਾਸਤੇ ਫਿਰ ਮੈਂ ਨਾ ਛਾਪਾਂ ਲੱਗੀਆਂ ਵਿੱਚ ਰੱਖਣ ਵਿੱਚ ਨਾ ਇਹਨਾਂ ਦੇ ਛਾਵਾਂ ਨੂੰ ਖਰਾਬ ਮੰਨਦੀ ਹੈ ਹੈਗੇ। ਲਓ ਜੀ, ਜਿਹੜਾ ਕੱਪੜਾ ਰੱਖਣੇ ਰੱਖਣੇ ਸੀ ਉਹ ਵੀ ਰੱਖ ਤੇ, ਆਪਣੀ ਛਾਵਾਂ ਮੈਂ ਆਪਣੀ ਰੱਖਣੀਆਂ ਛਾਪਾਂ ਚ ਪੈਕ ਸੀਗੀਆਂ ਰੱਖਤੀਆਂ, ਤੇ ਆਪਣੇ ਪੁੱਤ ਵਾਸਤੇ ਦੋ ਸੂਟ ਵੀ ਕੱਢ ਲਿਆ ਦੇਖੋ ਜਿਹੜੇ ਟੁੱਟੇ ਪਏ ਸੀ ਮੇਰੇ ਕੋਲੇ ਪੀਸ, ਤੇ ਇਹ ਹੁਣ ਮੈਂ ਜਾ ਕੇ ਗੋਸ਼ਨ ਦੇਖ ਕੇ ਆਵਾਂਗੀ ਸਿਲਾਈ ਕਰ ਦੇਵੇ ਕਿਉਂਕਿ ਆਪਾਂ ਇੱਕ ਹੋਰ ਦੇ ਸ਼ਾਦੀ ਹੋਣ ਜੀ ਸਾਡੇ ਵਾਸਤੇ, ਇਸ ਵਾਸਤੇ ਚਲੋ ਇਹ ਵੀ ਕੰਮ ਹੋਣਗੇ ਮੇਰੇ। ਤੇ ਹੁਣ ਚੱਲਦੀ ਹਾਂ ਉੱਪਰ, ਜਾ ਕੇ ਉੱਪਰ ਵੀ ਥੋੜ੍ਹਾ ਜਿਹਾ ਰਹਿੰਦਾ ਕੰਮ ਉਹ ਕਰਦੀ ਹਾਂ ਕਰਕੇ, ਤੇ ਫਿਰ ਮੈਂ ਝੱਟ ਕਰਾਂਗੀ ਆਰਾਮ, ਜੇ ਆਰਾਮ ਨਾ ਕੀਤਾ ਤਾਂ ਚਾਹ ਬਣਾ ਪੀਵਾਂਗੀ ਕਿਉਂਕਿ ਮੌਸਮ ਠੰਡਾ। ਇਸ ਵਾਸਤੇ ਡੰਡੇ ਵੀ ਬੋਇਲ ਕਰ ਲਈ, ਅੰਡੇ ਵੀ ਬੋਇਲ ਕਰ ਲਈ ਨਾਲ। ਅੱਛਾ, ਅੰਡੇ ਨਹੀਂ, ਅੰਡੇ ਫੋਕ ਬਹੁਤ ਜ਼ਿਆਦਾ ਬਾਹਰ, ਫੁੱਲ ਸਰਦੀ ਆ ਗਈ ਨਾ ਫੇਰ ਬਾਹਰ ਫੋਕ ਬਹੁਤ ਜ਼ਿਆਦਾ ਪਈ। ਤੋ ਹਾਂ ਇਹ ਤੇ ਹੈਗਾ, ਬਾਕੀ ਧੁੰਦ ਬਹੁਤ ਜ਼ਿਆਦਾ ਪਈ ਬਾਹਰ। ਛਾਪਰ ਵੱਲ ਲੈ, ਇਹ ਛਾਪਰ ਪਾ ਕੇ ਲੈ ਜਾ, ਪਹਿਲਾਂ ਤਾਂ ਮੈਨੂੰ ਜਾ ਕੇ ਨਾ ਉੱਪਰ ਕੰਧ ਥਣੀ ਗੋਸ਼ੀ ਨੂੰ ਦੇਖਣਾ ਪੈਣਾ, ਗੋਸ਼ੀ ਘਰ ਆ ਕੇ ਮੁਰੱਬੇ ਗਈ ਹੈ ਪੱਟੇ ਲੈ, ਕਿਉਂਕਿ ਪੱਟੇ ਲੈ ਕੇ ਚੱਲ ਜਾਂਦੇ ਉਹਨਾਂ ਮਾਰ ਦੋ ਫੋਨ ਮਸਲਾ ਫਿਰ। ਤੇ ਹੁਣ ਮੈਂ ਚੱਲਦੀ, ਅਗਰ ਜੋ ਵੀ ਸੀ ਨਾ ਉਹ ਆਪਣੇ ਨਾਲ ਮੈਂ ਸ਼ੇਅਰ ਕਰਾਂ ਜੀ। ਸ਼ੋ ਦੇ ਪਾਪਾ ਹੁਣੀ ਪੁਦੀਨਾ ਪੁਦੀਨਾ ਸਹੀ, ਤੇ ਤੁਸੀਂ ਸਬਜ਼ੀ ਕਿਉਂ ਵੜੇ ਹੋਏ ਹੋ? ਅੱਛਾ ਜੀ, ਸ਼ੋ ਦੇ ਪਾਪਾ ਨੂੰ ਕੰਮ ਤੇ ਜਾਣਾ ਤਾਂ ਵਾਸਤੇ ਨਾ ਖੜੇ ਆਣ ਕੇ ਕੱਲ ਪਹਿਲੀ ਦਿਹਾੜੀ ਲਾਈ ਹੈ, ਰਾਤ ਨੀਂਦ ਔਖੀ ਆਈ ਹੈ ਕਿਉਂਕਿ ਪਹਿਲਾ ਦਿਨ ਸੀ, ਪਲਸਤਰ ਦਾ ਕੰਮ ਹੁੰਦਾ ਸਾਰਾ ਜੋਰ ਦਾ। ਅੱਲਾ ਖੈਰ ਕਰੇ, ਅੱਜ ਰਨਿੰਗ ਹੋ ਜੂਗੀ ਸਹੀ ਸਹੀ। ਅੰਮੀ ਹੁਣ ਠੀਕ ਸੀਗੇ? ਸਭ ਠੀਕ ਠਾਕ, ਚਲੋ ਪਤਾ ਨਹੀਂ। ਮਾਸ਼ਾਅੱਲਾ ਸਾਰੇ ਨਿਕਲ ਆਏ। ਹਾਂਜੀ, ਮਟਰ ਮਾਸ਼ਾਅੱਲਾ ਸਾਰੇ ਹੋ ਗਏ ਪਏ, ਵੇਲਾਂ ਚੜ ਜਾਣੀਆਂ ਉੱਪਰ। ਨਹੀਂ ਮਾਸ਼ਾ ਸਬਜ਼ੀ ਆਪਣੀ ਆਪਣੀ ਮਾਸ਼ਾ ਸਾਰੇ ਫੁੱਟੇ ਆ, ਉਧਰਲੀ ਕਿਆਰੀ ਚ ਥੋੜਾ ਜਿਹਾ ਲਸਣ ਹੈਗਾ ਮਾੜਾ ਜਿਹਾ, ਉਸ ਚ ਉਹ ਪਰੇ ਜੇ।
ਜੋ ਮੈਂ ਲਿਆਉਂਗਾ ਤੇ ਇਦਾਂ ਨਾ ਲਾਈਆਂ ਦਿਨੇ ਫਰਕ ਤਾਂ ਪੈਂਦਾ। ਹਾਂਜੀ ਰਾਤ ਲਾਤੀਆਂ ਸੀ ਉਹ ਦੂਸਰੇ ਦਿਨ ਲੱਗੀ। ਹਾਂਜੀ ਇਹ ਤੇ ਹੈ ਵੈਸੇ, ਇਹਨੂੰ ਪਾਣੀ ਨਾਲ ਹੀ ਲਾਤਾ ਸੀ, ਬੜਾ ਪੈਂਦਾ। ਗੁਆਰੇ ਨਾ ਕਹਿੰਦੇ ਲਸਣ ਲਸਣ ਕਲ। ਅੱਛਾ ਜੀ ਮਾਸ਼ਾ, ਸਾਡੇ ਆਲੂ ਵੀ ਹੋ ਪਏ ਸਾਰੇ ਫੁੱਟ ਪਏ। ਹਾਂਜੀ ਮੈਨੂੰ ਹੁਣ ਨਾ ਇੱਕ ਕੰਮ ਕੋਈ ਸੌਂਪ ਕੇ ਜਾਇਓ ਜਿਹੜੀ ਵਿਹਲੀ ਨਾ ਰਵੇ ਪਿੱਛੋਂ ਨਾ। ਇੱਧਰ ਵੀ ਮਾਸਾ ਧਨੀਆ ਉੱਗ ਪਿਆ ਸਾਰਾ। ਹਾਂਜੀ ਨਾਲੋਂ ਮਾਟੀ ਲਾ ਕੇ ਮਿੱਟੀ ਲਾ ਫੁਰਸ਼ ਕੇ ਇਹਨਾਂ ਦੇ ਆਲੂਆਂ ਦੇ ਉੱਤੇ ਪਾਈਆਂ ਜਿਹੜੇ ਨੰਗੇ ਦਿਸਣ ਦੇ ਵੇਖੇ ਫੋਟ ਆਏ ਸਾਰੇ। ਅੱਛਾ ਇਹਨਾਂ ਦੇ ਉੱਤੇ ਪਾ ਦੀ ਸਾਰਿਆਂ ਤੇ। ਚਲੋ ਜੀ ਠੀਕ ਹੈ। ਨੰਗਾ ਆਲੂ ਕੋਈ ਵੀ ਆਲੂ ਫੁੱਟ ਪਏ ਸਾਰੇ ਮਾਸ਼ਾ, ਜਿਹੜੇ ਆਲੂ ਆਲੂ ਬੀਜੇ ਬੀਜੇ ਸੀ ਨਾ ਫੁੱਟ ਪਏ ਸਾਰੇ। ਜੇ ਹੋਰ ਕੋਈ ਪਏ ਤੇ ਆ ਵਾਟਾਂ ਦੇ ਆਇਆਂ ਨੂੰ ਬਾਹਰੋਂ ਬਾਹਰ ਲਾ ਦੇ। ਚਲੋ ਲਾਤਾ ਲਾ ਦਾਂਗੇ ਧਨੀਆ ਦੁਬਾਰਾ ਬੀਜਿਆ ਹੁਣ ਫਿਰ। ਧਨੀਆ ਬਤਾ ਵਿੱਚ ਖੇੜਾ ਵਿੱਚ ਧਨੀਆ ਬੀਜਤਾ ਮੈਂ ਉੱਤੇ ਆਲੂ ਵਿੱਚ ਕੇ ਧਨੀਆ ਇਹਨਾਂ ਦੀ ਵੀ ਧਨੀਆ ਬੀਜਿਆ। ਆ ਵੈਸੇ ਆਪਣਾ ਅਮਰੂਦ ਸੁੱਕ ਗਿਆ ਇੱਥੇ ਵੈਸੇ। ਉਹਨੇ ਹਰਾ ਖੜਾ ਇਹਨੇ ਫੁੱਟ ਆਉਣਾ ਮੌਸਮ ਹੈ ਨਾ, ਇਹਨੇ ਹੋ ਜਾਣਾ ਥੱਲੇ ਫੁੱਟ ਪੈਣਾ ਇਹਨੇ ਹਰਾ ਖੜਾ ਬਿਲਕੁਲ ਹਰਾ, ਪੱਤੇ ਸੁੱਕੇ ਬਾਕੀ ਹਰਾ ਹਾਲੇ। ਵੈਸੇ ਐਵੇਂ ਤੁਸੀਂ ਪੱਟ ਕੇ ਲਾਤਾ ਉੱਥੇ ਵੇਖ ਨਾ ਗਟਰਾਂ ਦਾ ਨੁਕਸਾਨ, ਉੱਥੇ ਇੰਨਾ ਪੈਸੇ ਮੈਂ ਕਿੱਥੋਂ ਲਿਆਵਾਂ ਫਿਰ। ਹਾਂਜੀ ਟੋਇਆ ਬਣਿਆ ਹੋਇਆ ਉਹ ਦੇਖੋ, ਗਟਰ ਦੇ ਵਿੱਚ ਸਾਰਾ ਪਾਣੀ ਉਹ ਗਟਰ ਨੂੰ ਵੜਦਾ ਸੀ, ਬਹਿ ਜਾਣਾ ਸੀ ਗਟਰ, ਇਸ ਕਰਕੇ ਮੈਂ ਫਿਰ ਉਹਨੂੰ ਇੱਧਰ ਕੀਤਾ। ਸਹੀ ਅਸੀਂ ਇਹ ਦੇਖੋ ਹੁਣ ਸਰਦੀਆਂ ਕਰਕੇ ਧੁੱਪ ਵੀ ਨਹੀਂ ਨਿਕਲਦੀ ਹੈਗੀ, ਸੂਰਜ ਆ ਖੜਾ ਇੱਦਾਂ ਵੀ ਨਿਕਲਿਆ। ਚਲੋ ਅੱਲਾ ਅੱਲਾ ਕਰੇ ਖੈਰ, ਮੈਂ ਕਹਿੰਦੀ ਮੈਨੂੰ ਲੈ ਜਾਓ ਅੱਜ ਨਾਲ ਹੀ। ਅੱਛਾ ਮੈਨੂੰ ਨਹੀਂ ਨਾਲ ਲੈ ਜਾ, ਹੈ ਨਾ ਮੈਨੂੰ ਛੱਡ ਜਾਈਓ। ਚਲੋ ਅੱਲਾ ਅੱਲਾ ਕਰੇ ਖੈਰ, ਕੰਮ ਤੇ ਚੱਲੇ। ਉਹ ਦੇਖੋ ਭੇਡਾਂ ਬਾਜਰਾ ਖਾਈ ਜਾਣ ਦੀਆਂ ਸਾਰਾ, ਆ ਦੇਖਿਓ ਆ ਦੇਖੋ ਬਾਜਰਾ ਸਾਰਾ ਖਾਈ ਜਾਣ ਦੀਆਂ।